ਦੋਸਤੋ ਇਸ ਵੀਡੀਓ ਨੂੰ ਐਂਡ ਤੀਕਰ ਦੇਖਿਓ। ਮੋਲਣ ਖਵਾਉਣ ਦਾ ਮਤਲਬ ਇਹ ਹੈ ਵੀ ਵਾਲਾਂ ਦੀ ਮਿਸਿੰਗ ਕਿੰਨੀ ਹੈ, ਜਿਹੜਾ ਵਾਲ ਮਿਸ ਕਰੂਗਾ ਉਹ ਬੈਕ ਮਾਰੂਗਾ। ਸੋ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਦੋਸਤਾਂ ਤੀਕਰ ਸਾਰੀ ਵੀਡੀਓ। ਜਿਹੜੇ ਵਾਲਾਂ ਦੀ ਮਿਸਿੰਗ ਹੈ ਉਹ ਮਿਸਿੰਗ ਦੀ ਨਿਸ਼ਾਨੀ ਹੈ ਵੀ ਅੰਦਰੋਂ ਪ੍ਰੈਸ਼ਰ ਜਦੋਂ ਬਾਹਰ ਨੂੰ ਧੱਕਦਾ ਪਿਸਟਨ, ਤਾਂ ਇਹ ਵਾਲਾਂ ਨੂੰ ਜਿਹੜਾ ਤੇਲ ਖਵਾ ਰਹੇ ਸੀ ਇਹ ਬਾਹਰ ਆ ਰਿਹਾ। ਇਹ ਪੱਕੀ ਪੇਪਰ ਅੰਦਰ ਅਤੇ ਬਾਹਰ ਜਾਂਦਾ ਭਾਅ ਜੀ, ਇਹਦੇ ਵਾਲ ਆ ਜਿਹੜੇ ਉਹ ਪੂਰੇ ਮਿਸ ਨਹੀਂ ਕਰਦੇ। ਹੁਣ ਜੀ ਦੋਸਤੋ ਸਤਿ ਸ਼੍ਰੀ ਅਕਾਲ, ਕੀ ਹਾਲ ਹੈ। 6 ਕੋਡ ਆਏ ਹੋਏ ਆ, ਕਈ ਵਿੱਚੋਂ ਕਾਮਨ ਨੇ, ਗਲੋ ਪਲੱਗ ਸੜੇ ਹੋਏ ਆ, ਮਾਸ ਏਅਰ ਫਲੋ ਸੈਂਸਰ ਦਾ ਆਇਆ, ਰੇਲ ਪ੍ਰੈਸ਼ਰ ਦਾ ਵੀ ਆਇਆ। ਸੋ ਗੱਡੀ 'ਚ ਕਿਹੜੀਆਂ ਪ੍ਰੋਬਲਮ ਹੈ, ਵੀਡੀਓ ਦੇ ਐਂਡ ਤੀਕਰ ਬਣੇ ਰਹੋ। ਕਸਟਮਰ ਕੀ ਸੋਚ ਕੇ ਆਉਂਦਾ ਹੈ, ਗੱਡੀ ਦਾ ਕਿਹੜਾ ਕੰਮ ਕਰਾਇਆ ਹੋਇਆ ਅਤੇ ਗੱਡੀ ਦੀ ਸਮੱਸਿਆ ਕੀ ਹੈ, ਪੂਰੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਦੋਸਤੋ ਵਾਈਟ ਸਮੋਕ ਦੀ ਸਮੱਸਿਆ, ਇੰਜੈਕਟਰ ਵੀਰ ਉਹਨਾਂ ਨੇ ਕਰਾਇਆ ਹੋਇਆ, ਟਾਈਮਿੰਗ ਚੇਨ ਨਹੀਂ ਪਵਾਈ, ਟਾਈਮਿੰਗ ਦਾ ਜੈਨ ਪਵਾਇਆ, ਹੈੱਡ ਦਾ ਉੱਪਰਲਾ ਜਿੱਥੇ ਰੌਕਰ ਚੱਲਦੇ ਹੈ ਉਹ ਪਾਰਟ ਖੋਲਿਆ। ਬੇਟਾ ਗੱਡੀ ਸਟਾਰਟ ਕਰਿਓ, ਗੱਡੀ ਦੀ ਮਿਸਿੰਗ ਹੈ ਅਤੇ ਬਾਈ ਹੁਣਿਆਂ ਨੂੰ ਸਿਰਫ ਤੁਰੀ ਜਾਂਦੀ ਗੱਡੀ ਧੂੰਆਂ ਮਹਿਸੂਸ ਕਰਦੀ ਹੈ। ਰੌਕਰ ਵੀ ਹੋ ਸਕਦੇ ਆ, ਵਾਲ ਵੀ ਹੋ ਸਕਦਾ, ਇੰਜੈਕਟਰ ਵੀ ਹੋ ਸਕਦੇ ਆ। ਜਦੋਂ ਖੋਲ੍ਹਦੇ ਹਾਂ ਇੰਜੈਕਟਰਾਂ ਦੀ ਸੈਟਿੰਗ ਨਾ ਪ੍ਰੋਪਰ ਆਵੇ ਤਾਂ ਇਹ ਪ੍ਰੋਬਲਮ ਹੋ ਸਕਦੀ ਹੈ। ਬੇਟਾ ਰੇਸ ਦਿਓ, ਇਹ ਫਕ ਫਕ ਕਰ ਰਹੀ ਹੈ, ਮਿਸਿੰਗ ਹੈ। ਜਦੋਂ ਖੋਲ੍ਹਦੇ ਹਾਂ ਇੰਜੈਕਟਰਾਂ ਦੀ ਸੈਟਿੰਗ ਨਾ ਪ੍ਰੋਪਰ ਆਵੇ ਤਾਂ ਇਹ ਪ੍ਰੋਬਲਮ ਹੋ ਸਕਦੀ ਹੈ। ਬੇਟਾ ਰੇਸ ਦਿਓ, ਇਹ ਫਕ ਫਕ ਕਰ ਰਹੀ ਹੈ, ਮਿਸਿੰਗ ਹੈ, ਰੇ ਦਿਓ ਬੇਟਾ। ਮੈਂ ਇਹ ਪੇਪਰ ਨੂੰ ਟ੍ਰਿਪਲ ਕਰਨ ਲੱਗਾ ਤਾਂ ਜੋ ਇਹ ਫਟੇ ਨਾ, ਤਾਂ ਇਹ ਵਾਲ ਮਿਸਿੰਗ ਕਿਵੇਂ ਕਰਦੇ ਆ। ਜਿਹੜਾ ਇਸ ਐਂਗਲ 'ਤੇ ਉੱਪਰ ਆਈ, ਜਿਵੇਂ ਇਸ ਐਂਗਲ 'ਤੇ ਲੈ ਕੇ ਆ ਦੋਸਤੋ, ਹੁਣ ਬਿਲਕੁਲ ਪੈਰਲਲ ਕਰਤਾ। ਤੁਸੀਂ ਦੇਖੋ ਵੀ ਮੈਨੀਫੋਲਡ ਹਵਾ ਕਿੰਨੇ ਵਾਰੀ ਬਾਹਰ ਕੱਢ ਰਿਹਾ ਅਤੇ ਕਿੰਨੇ ਵਾਰੀ ਅੰਦਰ ਖਿੱਚ ਰਿਹਾ। ਪੇਪਰ ਅੰਦਰ ਅਤੇ ਬਾਹਰ ਜਾ ਰਿਹਾ ਨਾ ਜੀ, ਇਹਦਾ ਮਤਲਬ ਵਾਲ ਆ ਜਿਹੜੇ ਇਹਦੇ ਮਿਸ ਕਰ ਰਹੇ ਆ। ਵਾਪਸੀ ਚੈੱਕ ਕਰਦੇ ਹਾਂ, ਵਾਪਸੀ ਹੈ ਕਿੰਨੀ ਹੈ। ਵਾਸ਼ਰਾਂ ਲੀਕ ਕਰਦੀਆਂ, ਇਹ ਅਡਾਪਟਰ ਲਾ ਕੇ ਸਟੱਡ ਓਵਰ ਕੀਤੇ ਹੋਏ ਆ, ਕਿਉਂਕਿ ਵੀਰ ਹੁਣੇ ਕੀ ਸਮਝ ਕੇ ਆਏ ਆ ਗੱਡੀ ਦੇ ਉੱਤੇ ਕੀ ਕੁਛ ਹੋਇਆ ਹੋਇਆ, ਵਾਇਰਿੰਗ ਦੀ ਹਾਲਤ ਕਿਹੋ ਜਿਹੀ ਹੈ। ਅਗਰ ਜੇ ਪੈਸੇ ਪ੍ਰੋਪਰ ਨਹੀਂ ਲਾਵਾਂਗੇ ਤਾਂ ਰਿਜ਼ਲਟ ਨਹੀਂ ਮਿਲਣੇ। ਮਾਸ ਏਅਰ ਫਲੋ ਸੈਂਸਰ ਆ ਜਿਹੜਾ, ਉਹਦੇ ਗ੍ਰਿਪ ਖੁੱਲ੍ਹੇ ਹੋਏ ਆ, ਤਾਰਾਂ ਟੁੱਟੀਆਂ ਹੋਈਆਂ। ਜਦੋਂ ਅਧੂਰਾ ਜਿਹਾ ਕੰਮ ਕਰਵਾਉਣ ਵਾਸਤੇ ਲੋਕ ਮੇਰੇ ਕੋਲ ਆਉਂਦੇ ਨੇ ਤਾਂ ਵਾਲਾਂ ਦੀ ਮਿਸਿੰਗ ਹਜੇ ਤੀਕਰ ਹੈਗੀ ਆ, ਬਿਲਕੁਲ ਵਾਲਾਂ ਦੀ ਮਿਸਿੰਗ ਹੈਗੀ ਹੈ। ਭਾਈ ਨੇ ਕੰਮ ਕਰਾਇਆ, ਬਾਈ ਜੀ ਨੇ 11,000 ਰੁਪਈਆ ਲਾਇਆ, ਇਕੱਲਾ ਇੱਕ ਜੈਨ ਪਾਇਆ ਅਤੇ ਟਾਈਮਿੰਗ ਚੇਨ ਪਾਈ ਨਹੀਂ। ਗੱਡੀ ਵਾਲ ਆ ਜਿਹੜੇ ਉਹ ਮਿਸ ਕਰਦੇ ਹੈਗੇ ਆ, ਠੀਕ ਹੈ। ਗੱਡੀ ਠੰਡੀ ਕਰਕੇ ਆਪਾਂ ਸਾਰਾ ਕੁਝ ਦੇਖਿਆ ਅਤੇ ਸਮੋਕ ਮਾਰਦੀ ਸੀ। ਬੇਟਾ ਆ ਜਾ ਉਰੇ, ਇਸ ਐਂਗਲ 'ਤੇ ਲੈ ਕੇ ਆਈ ਬੇਟਾ।
ਪੇਪਰ ਅੰਦਰ ਤੇ ਬਾਹਰ ਜਾਂਦਾ ਭਾਅ ਜੀ। ਇਹਦੇ ਵਾਲ ਆ ਜਿਹੜੇ ਉਹ ਪੂਰੇ ਮਿਸ ਨਹੀਂ ਕਰਦੇ, ਹੋ ਸਕਦਾ ਜਿਹੜੇ ਉੱਪਰਲੇ ਰੋਕਰ ਹੈ ਉਹਨਾਂ 'ਚ ਪ੍ਰੋਬਲਮ ਹੋਵੇ, ਜਿਹੜੇ ਪਿਸਟਨ ਜੇ ਹੁੰਦੇ। ਠੀਕ ਹੈ, ਮਾੜਾ ਮੋਟਾ ਵਾਲ ਪਹਿਲਾਂ ਹੀ ਹੋ ਸਕਦਾ, ਪਰ ਅਗਰ ਇੰਜੈਕਟਰ ਕਰਾਉਣੇ ਹੋ ਤਾਂ ਸਮੋਕ ਕਿੰਨੇ ਪਰਸੈਂਟ ਘੱਟਦਾ ਉਹ ਡਿਸਾਈਡ ਹੁੰਦਾ। ਗਲੋ ਪਲੱਗ ਦਾ ਕੋਡ ਆਇਆ, ਮਾਸ ਏਅਰ ਫਲੋ ਸੈਂਸਰ ਦਾ ਕੋਡ ਆਇਆ, ਠੀਕ ਹੈ, ਰੇਲ ਪ੍ਰੈਸ਼ਰ ਦਾ ਕੋਡ ਆਇਆ, ਇਹ ਸਾਰੀਆਂ ਚੀਜ਼ਾਂ ਵਨ ਬਾਈ ਵਨ ਹੈ। ਮੈਂ ਕੋਈ ਜਾਦੂ ਕਰਨੀ, ਝੂਠ ਮਾਰ ਕੇ ਕੰਮ ਨਹੀਂ ਕਰਨਾ। ਬਜਟ ਜਿੰਨਾ ਤੁਸੀਂ ਕਹੋਗੇ ਵੀ ਇਕੱਲੇ ਬਾਈ ਇੰਜੈਕਟਰ ਚੈੱਕ ਕਰਵਾ ਦੇ, ਮੈਂ ਇਕੱਲੇ ਇੰਜੈਕਟਰ ਚੈੱਕ ਕਰਵਾ ਦੇ, ਜਿੰਨੀ ਪਰਫੋਰਮੈਂਸ ਨੂੰ ਫਰਕ ਪਊ, ਪਰ ਇੰਜੈਕਟਰਾਂ ਦਾ ਫਰਕ ਪਊ ਸੈਟਿੰਗ ਦਾ, ਪਰ ਜਿਹੜੇ ਵਾਲਾਂ ਦੀ ਮਿਸਿੰਗ ਹੈ ਉਹ ਨਹੀਂ ਹੁੰਦਾ। ਹੁਣ ਮੈਂ ਇੱਥੇ ਮੈਂ ਮੋਲਰ ਖੋਣਾ, ਮੋਲਰ ਕਿੰਨਾ ਬਾਹਰ ਆਉਂਦਾ ਉਹ ਵੀ ਆਪਾਂ ਤੁਹਾਨੂੰ ਚੈੱਕ ਕਰਾਂਗੇ। ਹੋਣ ਲੱਗਾ ਜਿੰਨੇ ਮੋਲਰ ਦੇ ਛਿੱਟੇ ਬਾਹਰ ਆਉਣਗੇ ਇਹਦਾ ਮਤਲਬ ਵੀ ਇਹਦੇ 'ਚ ਪ੍ਰੋਬਲਮ ਹੈਗੀ ਆ। ਜਿਹੜੇ ਵਾਲਾਂ ਦੀ ਮਿਸਿੰਗ ਹੈ ਉਹ ਮਿਸਿੰਗ ਦੀ ਨਿਸ਼ਾਨੀ ਹੈ ਵੀ ਅੰਦਰੋਂ ਪ੍ਰੈਸ਼ਰ ਜਦੋਂ ਬਾਹਰ ਨੂੰ ਧੱਕਦਾ ਪਿਸਟਨ ਤਾਂ ਇਹ ਵਾਲਾਂ ਨੂੰ ਜਿਹੜਾ ਤੇਲ ਖੁਆ ਰਹੇ ਸੀ ਇਹ ਬਾਹਰ ਆ ਰਿਹਾ। ਇਹ ਪੱਕੀ ਨਿਸ਼ਾਨੀ 101% ਵਾਲ ਆ ਜਿਹੜੇ ਉਹ ਪ੍ਰੋਪਰ ਬੰਦ ਨਹੀਂ ਹੁੰਦੇ, ਬੰਦ ਨਹੀਂ ਹੁੰਦੇ, ਵਾਲ ਸੜੇ ਹੋਏ ਹੈ, ਵਾਲ ਵਿੰਗੇ ਹੋਏ ਹੈ, ਰੋਕਰ ਕੰਮ ਨਹੀਂ ਕਰਦੇ, ਇਹ ਜਾਂਚ ਦਾ ਵਿਸ਼ਾ। ਇਸ ਤੋਂ ਉੱਪਰ ਕਿਸੇ ਨੇ ਤੁਹਾਨੂੰ ਸਮਝਾਇਆ ਹੋਵੇ ਤਾਂ ਮਿੱਤਰੋ ਕਮੈਂਟ ਕਰਕੇ ਦੇਖੋ ਦੱਸੋ। ਹੁਣ ਵੀਰ ਉਹਨਾਂ ਨੂੰ ਆਪਾਂ ਪੁੱਛਦੇ ਹਾਂ ਵੀ ਕੀ ਕਰਾਉਣਾ ਹੈ, ਕਰਾਉਣਾ ਜਾਂ ਨਹੀਂ ਕਰਾਉਣਾ। ਅਗਰ ਨਹੀਂ ਕਰਾਉਣਾ ਸਾਡੀ ਇੱਕ ਟੈਸਟਿੰਗ ਫੀਸ ਆ 1500 ਰੁਪਈਆ, ਖੱਪ ਖਪਈਆ, ਅਸੀਂ ਉਹ ਲੈ ਲੈਣੀ ਹੈ। ਅਗਲੇ ਨੇ ਕੰਮ ਕਰਾਉਣਾ, ਅਸੀਂ ਉਹ ਜੋ ਜਿੰਨਾ ਕਹਿਣਗੇ ਕੰਮ ਕਰ ਦੇਣਾ। ਉਹ ਇੰਜੈਕਟਰ ਆਪਾਂ ਖੋਲ੍ਹੇ ਹੈ, ਇੰਜੈਕਟਰ ਇੱਕ ਵਾਸ਼ਲ ਤਾਂ ਬੜੀ ਸਾਫ਼ ਸੁਥਰੀ ਚਮਕਦੀ ਪਈ ਆ, ਠੀਕ ਹੈ ਜੀ। ਕੁਛ ਕੁ ਇੰਜੈਕਟਰਾਂ ਦੀ ਵਾਸ਼ਲਾਂ ਦੀ ਹਾਲਤ ਦੇਖੋ ਕੀ ਆ। ਆਹ ਲਾਇਆ ਹੋਇਆ ਧਾਗਾ ਜਾਂ ਇਹਦੇ ਉੱਪਰ ਲਾ ਤਾ ਉਹਨਾਂ ਨੇ ਥਰਡ ਟੇਪ, ਜਦੋਂ ਥਰਡ ਟੇਪ ਲਾ ਦਾਂਗੇ ਇਹਦੇ ਥੱਲੇ ਵੀ ਲਾਈ ਹੈ, ਇਹਦੇ ਥੱਲੇ ਵੀ ਲਾਈ ਹੈ। ਜਦੋਂ ਇੰਜੈਕਟਰ ਦੇ ਥੱਲੇ ਥਰਡ ਟੇਪ ਲਾ ਦੋਗੇ, ਜਦੋਂ ਇੰਜੈਕਟਰ ਥੋੜ੍ਹਾ ਜਿਹੇ ਉੱਚੇ ਹੋ ਗਏ, ਲਿਆ ਵਾਸ਼ਲਾ ਕੱਢੀ ਖਪਤ ਕਰਨਗੇ ਤਾਂ ਮਿੱਤਰੋ ਉਦੋਂ ਮਿਸਿੰਗ ਕਰੂਗੀ ਕਰੂਗੀ। ਮੈਂ ਇੱਕ ਗੱਲ ਕਰੂੰਗਾ, ਹੋਰ ਵੀ ਦੇਖਦੇ ਹਾਂ ਵਿੱਚੋਂ। ਉਧਰ ਗੋਰੇਵਾਲ ਕਰ ਬੇਟਾ, ਹਾਂ ਇੱਕ ਇੱਕ ਵਿੱਚ ਵੀ ਆ, ਹੋਰ ਕੱਢੋ। ਉਧਰ ਕੈਮਰਾ ਮਾਰ, ਵਰਮਾ ਮਾਰ। ਸੱਜਣੋ ਗਿਣਿਓ ਖਾਂ ਵਾਸ਼ਲਾਂ ਕਿੰਨੀਆਂ ਹੋ ਗਈਆਂ, 1, 2 ਤੇ 3 ਇਹਨਾਂ ਦੇ ਵਿੱਚ ਤਾਂ ਹੈ, ਠੀਕ ਹੈ ਜੀ। 4, 5 ਤੇ 6 ਇੰਜੈਕਟਰ ਕਿੰਨੇ ਆ, ਇੰਜੈਕਟਰ ਆਪਣੇ ਕੋਲ 4, ਵਾਸ਼ਲਾਂ ਕਿੰਨੀਆਂ ਨਿਕਲੀਆਂ, 6, 6 ਤੋਂ ਭਾਵ ਡਬਲ ਕਿੰਨੀਆਂ। ਬਾਈ ਜੀ ਹੁਣਾਂ ਨੇ ਮੈਨੂੰ ਕੁਐਸਚਨ ਕੀਤਾ ਵੀ ਬਾਈ ਜੀ ਠੀਕ ਹੋ ਜੂ, ਇੰਨੀ ਵੀਡੀਓ ਪ੍ਰੋਪਰ ਸਮਝਾਉਣ ਦੇ ਬਾਵਜੂਦ, ਇੰਨਾ ਸਪਸ਼ਟ ਗੱਲ ਕਰਨ ਦੇ ਬਾਵਜੂਦ ਫਿਰ ਵੀ ਲੋਕ ਨਹੀਂ ਗੱਲ ਨੂੰ ਸਮਝਣ, ਤੇ ਮਾੜੀ ਗੱਲ ਹੈ ਮਿੱਤਰੋ। ਫਿਰ ਵੀਡੀਓ ਪਾਉਣ ਵਾਲਾ, ਮੈਸੇਜ ਪਾਉਣ ਵਾਲਾ, ਉਹ ਮੈਸੇਜ ਵਾਲਾ ਵੀ ਮੈਂ ਵਿਖਾਉਣਾ ਤੁਹਾਨੂੰ, ਮੈਸੇਜ ਐਡ ਕਰਦਾ, ਉਹ ਕਹਿੰਦਾ ਬਾਈ ਜੀ ਕਿਸੇ ਨੂੰ ਆਉਣ ਜੋਗਾ ਛੱਡ ਲਓ ਵੀਰੇ, ਨੰਗਾ ਚਿੱਟਾ ਹੋ ਕੇ ਕੰਮ ਸਮਝਾਈ ਜਾਂਦੇ ਆ।
ਇਹਦੇ ਉੱਤੇ ਤਾਂ ਬਈ ਚੁੰਮੀ ਵਾਲੀ ਭਾਬੀ ਦੀ ਗੱਲ ਰਹਿ ਗਈ ਵੀ ਚੁੰਮੀਆਂ ਪਲਾ ਸੀ ਦੀਦੀ ਆਪਦੀਆਂ, ਇਹਦੇ ਉੱਤੇ ਹੋਰ ਅਸੀਂ ਕੁਛ ਨਹੀਂ ਕਰ ਸਕਦੇ। ਉੱਧਰ ਬੇਟਾ ਮਾਰ, ਕਿਉਂਕਿ ਅਸੀਂ ਚੈੱਕ ਕਰ ਰਹੇ ਹਾਂ ਵੀ ਜੇ ਕਟਰ ਦੇ ਨਾਲ ਤਾਂਬਾ ਆਇਆ ਤਾਂ ਇਹਦਾ ਮਤਲਬ ਹਜੇ ਵੀ ਇਹਦੇ ਵਿੱਚ ਵਾਸ਼ਲ ਹੈ ਜਿਹੜੀ ਉਹ ਡਬਲ ਹੈ, ਕਿਉਂਕਿ ਕਈ ਵਾਰੀ ਬੰਦੇ ਦੀ ਸੋਚ ਹੀ ਨਹੀਂ ਹੁੰਦੀ ਵੀ ਉੱਥੋਂ ਤੀਕਰ ਅਸੀਂ ਜਾਈਏ। ਜਿੰਨੀ ਬਰੀਕੀ 'ਚ ਅਸੀਂ ਜਾਂਦੇ ਹਾਂ ਰਿਜ਼ਲਟ ਦਿੰਦੇ ਹਾਂ ਤਾਂ ਫਿਰ ਵੀ ਮੈਂ ਸਮਝਦਾ ਕੋਈ ਬੈਨੀਫਿਟ ਜ਼ਿਆਦਾ ਨਹੀਂ ਮਿਲਦਾ, ਕਿਉਂਕਿ ਗੱਲ ਕਰਦੇ ਹਾਂ ਸਪਸ਼ਟ ਕਰਕੇ ਕੰਮ ਕਰਨ ਦੀ। ਜਦੋਂ ਲੀਕੇਜ ਹਟਦੀ ਨਹੀਂ ਨਾ ਤਾਂ ਸਾਨੂੰ ਥਰਡ ਟੇਪ ਐਨਾ ਬੋਰਡ ਦਿਖਦੀ ਹੈ। ਆਹ ਸੀਟ ਹੈ ਜਿਹੜੀ ਵਾਸ਼ਲ ਦੀ ਹਾਲਤ ਵੇਖੋ ਕੀ ਹੈ, ਮੈਂ ਹੁਣ ਇਹਦੇ ਇੰਜੈਕਟਰ 'ਚੋਂ ਵਾਸ਼ਲ ਕੱਢੂੰਗਾ। ਇਹਦੀ ਸੀਟ ਵੇਖੋ ਅਤੇ ਇਹਦੀ ਸੀਟ ਵੇਖੋ, ਠੀਕ ਹੈ। ਉਹ ਮਿੱਤਰੋ ਕੋਸ਼ਿਸ਼ ਕਰ ਲਿਆ ਕਰੋ, ਖੱਪ ਲਿਆ ਕਰੋ, ਜੇ ਕੋਈ ਵੀਡੀਓ ਬਣਾ ਕੇ ਸਮਝਾਉਂਦਾ ਸਮਝ ਲਿਆ ਕਰੋ, ਠੀਕ ਹੈ। ਆਹ ਤੁਹਾਡੇ ਸਾਹਮਣੇ ਆ, ਇੰਜੈਕਟਰ ਹੈ 4 ਅਤੇ ਵਾਸ਼ਲ ਹੈ 6 ਅਤੇ ਫਿਰ ਮਿੱਤਰੋ ਮਿਸਿੰਗ ਹੋ ਸਕਦਾ 101% ਹੀ ਹਟ ਜੇ, ਕਿਉਂਕਿ ਫੁਹਾਰਾ ਜਿਹੜਾ ਇੰਜੈਕਟਰ ਤੋਂ ਬਣਦਾ ਹੀ ਨਹੀਂ। ਜੇ ਹਜੇ ਵੀ ਕਿਸੇ ਨੂੰ ਸਮਝ ਨਹੀਂ ਆਉਂਦੀ ਤਾਂ ਵੀਰੋ ਸਾਡੇ ਹੱਥ ਖੜੇ ਆ, ਅਸੀਂ ਤਾਂ ਘਰ ਵੀ ਫੂਕ ਲੈਂਦੇ ਹਾਂ ਅਤੇ ਤਮਾਸ਼ਾ ਵੀ ਦਿਖਾ ਦਿੰਦੇ ਹਾਂ, ਸਮਝ ਫਿਰ ਵੀ ਨਹੀਂ ਆਉਂਦੀ। ਉਹੀ ਗੱਲ ਹੋ ਜਾਂਦੀ, ਕਹਿੰਦੇ ਬੱਕਰੀ ਜੁੰਨੋ ਗਈ ਅਤੇ ਖਾਣ ਵਾਲੇ ਨੂੰ ਸਵਾਦ ਨਹੀਂ ਆਇਆ। ਸਵਾਦ ਤਾਂ ਲੋਕਾਂ ਨੂੰ ਆਉਣਾ ਹੀ ਮਿੱਤਰੋ, ਅੱਲਾ ਵਾਸ਼ਲਾ ਮੁੜਿਆ। ਸਰਦਾਰ ਜੀ ਗੱਡੀ ਸਟਾਰਟ ਹੈ? ਹਾਂਜੀ ਹਾਂਜੀ ਸਟਾਰਟ ਆ ਜੀ। ਆ ਜਾਓ ਗੱਡੀ ਦੇ ਮੂਹਰੇ ਚੱਲਦੇ ਆਪਾਂ। ਹਾਂਜੀ ਬੇਟਾ ਗੱਡੀ ਬੰਦ ਕਰੋ ਪਹਿਲਾਂ ਤਾਂ। ਸਰਦਾਰ ਜੀ ਟੈਸਟ ਡਰਾਈਵ ਲੈ ਲਈ? ਹਾਂਜੀ ਜੀ ਲੈ ਲਈ। ਕੀ ਅੰਤਰ ਨਜ਼ਰ ਆਇਆ ਜੀ? ਨਹੀਂ ਪੂਰੀ ਟੈਕ ਬਣ ਗਈ ਪਹਿਲਾਂ ਨਾਲੋਂ ਜੀ। ਬਾਈ ਇੱਕ ਬੇਨਤੀ ਕਰੂੰਗਾ, ਹਾਂਜੀ ਤੁਹਾਨੂੰ ਵੀ ਅਤੇ ਸਾਰੇ ਜਿਹੜੇ ਸੱਜਣ ਵੇਖਣ ਵਾਲੇ, ਠੀਕ ਹੈ ਜੀ। ਦੇਖੋ ਕੁਛ ਕੁ ਜਿਹੜਾ ਬੰਦਾ ਮਿੱਠੀਆਂ ਜਾਂ ਮਾਰਦਾ ਉਹਨੇ ਠੱਗੀ ਜ਼ਿੰਦਗੀ 'ਚ ਮਾਰਨੀ ਹੁੰਦੀ। ਹਾਂਜੀ ਹਾਂਜੀ। ਨਾ ਠੱਗੀ ਮਾਰੀਏ ਅਤੇ ਨਾ ਮਿੱਠੀਆਂ ਮਾਰੀਏ। ਹਾਂਜੀ ਹਾਂਜੀ। ਥੋੜ੍ਹਾ ਜਿਹਾ ਬੋਲੀਦਾ, ਪ੍ਰੋਪਰ ਸਮਝਾਈਦਾ, ਅਸੀਂ ਨਹੀਂ ਕਹਿੰਦੇ ਸਾਡੇ ਕੋਲ ਆਓ। ਹਾਂਜੀ ਹਾਂਜੀ। ਤੁਹਾਨੂੰ ਕਿਸੇ ਨੇ ਭੇਜਿਆ, ਤੁਸੀਂ ਸਾਨੂੰ ਕੰਮ ਕਰਨ ਦੇਣ ਨੂੰ ਤਿਆਰ ਸੀਗੇ? ਨਹੀਂ ਪਹਿਲਾਂ ਤਾਂ ਦਿਲ ਦਾ ਡਰਦਾ ਸੀਗਾ ਜੀ। ਦਿਲ ਜਿਹਾ ਡਰਦਾ ਸੀ? ਹਾਂਜੀ। ਅਸੀਂ ਤੁਹਾਡਾ ਦਿਲ ਕੱਢ ਕੇ ਰੱਖਿਆ? ਨਹੀਂ ਨਹੀਂ ਜੀ। ਅਤੇ ਦਿਲ ਤਾਂ ਤੁਸੀਂ ਕਿਸੇ ਹੋਰ ਪਾਸੇ ਕਢਾਇਆ ਹੈ? ਹਾਂਜੀ। ਹੈਂ? ਉਹ ਉਹਨਾਂ ਗੱਲਾਂ ਤੋਂ ਡਰਦਾ ਸੀਗਾ ਜੀ, ਜੇ ਪਹਿਲਾਂ ਉਹਦੇ ਕੋਲ ਫੇਰ ਆਏ ਸੀਗਾ ਕਿਤੇ ਫੇਰ ਨਾ ਵਜੇ ਮਿਲ ਜਾਈ। ਪੈਸੇ ਬਾਅਦ 'ਚ ਲੈਂਦੇ ਵੀਰੇ? ਹਾਂਜੀ ਹਾਂਜੀ। ਪਹਿਲਾਂ ਟਿਕਟ ਆਪਣੇ ਹੈਗੇ 4। ਹਾਂਜੀ। ਵਾਸ਼ਲ ਨਿਕਲਣੀਆਂ 7 ਅਤੇ ਫਿਰ ਗੱਡੀ ਕੀ ਕਰੇ? ਤੁਹਾਡੀ ਗੱਡੀ 'ਚ ਇਸ਼ੂ ਆਪਾਂ ਕਰਕੇ ਦਿਖਾਇਆ ਵੀ ਬਾਈ ਯਾਰ ਤਾਂ ਤੇਲ ਵੇਖੋ ਆ ਰਿਹਾ, ਠੀਕ ਹੈ, ਵੇਖ ਲਿਆ ਸੀ? ਹਾਂਜੀ। ਕਿਸੇ ਨੇ ਕਰਕੇ ਦਿਖਾਇਆ? ਨਹੀਂ ਨਹੀਂ ਬਾਈ, ਮੈਂ ਤਾਂ ਪਰੋਸ ਕੇ ਮੂਹਰੇ ਰੱਖ ਦਿੰਦਾ ਵੀਰੇ, ਕੀਤੀ ਦੇ ਪੈਸੇ ਲੈਣੇ ਆ ਜੇ ਬੰਦਾ ਕਰਨ ਦੇਵੇ। ਜੇ ਗਾਹਕ ਤੁਸੀਂ ਕੰਸੈਂਟ ਨਹੀਂ ਦਿਓਗੇ ਮੈਂ ਕਿਵੇਂ ਕਰ ਲਊ? ਤੁਸੀਂ ਕੰਸੈਂਟ ਦੇ ਕੇ ਵੀ ਮੁੰਡੇ ਨੂੰ ਫਿਰ ਪੁੱਛੀ ਜਾਂਦੇ ਤੁਸੀਂ ਇੰਜੈਕਟਰ ਖੋਲਣ ਲੱਗੇ, ਅਸੀਂ ਨਹੀਂ ਇੰਜੈਕਟਰ ਖੋਲ, ਜਿੰਨਾ ਕਰ ਗਾਹਕ ਪੁੱਛ ਸਾਨੂੰ ਕਰਦਾ, ਗਾਹਕ ਸਾਨੂੰ ਪੂਰੀ ਕੰਸੈਂਟ ਦੇ ਦੇਵੇ, ਅਸੀਂ ਕੋਈ ਐਡੇ ਕਮਲੇ ਨਹੀਂ ਵੀ ਗਾਹਕ ਦਾ ਨੁਕਸਾਨ ਕਰਨਾ। ਸਹੀ ਗੱਲ ਹੈ। ਆਹ ਪਹਿਲਾਂ ਤਾਂ ਆਪਦੀਆਂ ਵਾਸ਼ਲਾਂ ਚੱਕ ਲਿਓ, 4 ਤੁਹਾਡੇ ਨਵੀਆਂ ਪਾਤੀਆਂ ਅਤੇ 4 ਉੱਥੇ ਰਹਿ ਗਈਆਂ ਅਤੇ ਤੁਹਾਡੇ ਕੋਲ 3 ਵਾਧੂ ਸੀ ਜਿਹੜੀਆਂ ਖਰਾਬੀ ਕਰਦੀਆਂ। ਬੰਦੇ ਦੇ ਪੈਂਟ ਦੇ ਥੱਲੇ ਨਿੱਕਰ ਕਿੰਨੀਆਂ ਪੈਣੀਆਂ ਚਾਹੀਦੀਆਂ? ਅਤੇ ਜੇ 3-4 ਪਾਈਆਂ ਹੁਣ ਫਿਰ ਕੀ ਹੋ ਜੂਗਾ? ਖਰਾਬੀ ਕਰੂਗੀ ਤੇ ਫਿਰ ਆ ਖਰਾਬੀ ਕਰਦਾ ਸੀ ਉਹ, ਇਹ ਸਾਰਿਆਂ ਨਿੱਕਰਾਂ ਦਾ ਘੱਟ ਹੈ। ਫਿਰ ਅਗਲਾ ਕਮੈਂਟ ਪਾਉਣ ਵਾਲਾ ਕਹਿੰਦਾ ਬਾਈ ਤੂੰ ਸਮਝਾਉਣਾ, ਮੈਂ ਹੁਣ ਕਿੰਨਾ ਕੁ ਪਿੱਟ ਪਿੱਟ ਸਮਝਾਉਂਦਾ, ਹੱਥ ਵੀ ਖੜੇ ਕਰ ਲਏ, ਹੋਰ ਕੀ ਕਰਾਂ। ਹੁਣ ਹੈਪੀ ਹੈ? ਹਾਂਜੀ ਹਾਂਜੀ ਵਧੀਆ, ਸਹੀ ਹੈ। ਅੱਛਾ ਵਾਲਾਂ ਦੀ ਪ੍ਰੋਬਲਮ ਇਹਦੀ ਹੈਗੀ ਹੈ, ਟਾਈਮਿੰਗ ਚੇਨ ਤੁਸੀਂ ਪਵਾਈ ਨਹੀਂ, ਖਲਾ ਲਈ ਹੈ ਨਾ, ਇਕੱਲਾ ਜੈ ਨਹੀਂ ਪਵਾ ਲਿਆ? ਨਹੀਂ ਅਸੀਂ ਗਏ ਨਹੀਂ ਉਹਦੇ ਕੋਲ ਜੀ ਇੱਕ ਵਾਰੀ, ਪਰ ਕਢਾ ਲਈ ਨਹੀਂ, ਚੈਨ ਉਹ ਤੋਂ ਪਾਈ ਕੇ ਹੋਰ ਤੋਂ ਪਵਾਈ।
ਅਸੀਂ ਗਏ ਹੀ ਨਹੀਂ ਜੀ, ਜੈਨ ਪੌਣ ਉਹਦੇ ਕੋਲੇ ਗਏ ਸੀ। ਹਾਂ ਜੈਨ ਉਹਦੇ ਕੋਲ ਪੌਣ ਗਏ, ਫਿਰ ਉਹਨੇ ਹੈੱਡ ਵੀ ਪੱਟ ਲਿਆ ਉੱਪਰਲੇ ਪਾਸਿਓ। ਹਾਂਜੀ ਹਾਂਜੀ ਹਾਂਜੀ, ਰੌਕਰ ਵੀ ਨਹੀਂ ਚੈੱਕ ਕੀਤੇ ਹੋਣੇ। ਪਤਾ ਕੀ ਗੱਲ ਹੈ ਜੀ, ਗੱਡੀ ਖੜਾ ਕੇ ਅਸੀਂ ਵਾਪਸ ਆ ਗਏ। ਉਹ ਜਿਹੜੀ ਚੀਜ਼ ਸਰਦਾਰ ਜੀ ਜੈਨ ਪੈਂਦੀ 1,60,000 ਹਜ਼ਾਰ ਕਿਲੋਮੀਟਰ, 1,60,000 ਚੱਲ ਗਈ, ਠੀਕ ਹੈ। ਚੇਨ ਨੇ ਤਾਂ ਪੈਣੀ ਪੈਣਾ ਕਿ ਨਹੀਂ ਪੈਣਾ? ਪੈਣਾ ਪੈਣਾ। ਅਤੇ ਫਿਰ ਉਹ ਕਿਉਂ ਨਹੀਂ ਪਵਾਈ? ਹੁਣ ਚੈਨ ਆਵਾਜ਼ ਕਰਦੀ ਹੈ ਬੇਟਾ, ਗੱਡੀ ਸਟਾਰਟ ਕਰੀ। ਅੱਜ ਤੋਂ ਬਾਕੀ ਪਾਰਟੀ ਲਿਆ ਉਦੋਂ ਪਾਉਣੀ ਚਾਹੀਦੀ ਸੀਗੀ। ਮਿਸਤਰੀ ਨੇ ਹੁਣ ਕਹਿਣਾ ਸੀ ਚੈਨ ਪੈਣੀ ਹੈ। ਮੈਂ ਮਿਸਤਰੀ ਨੂੰ ਕਹਿ ਕੇ ਲੜਨਾ ਵੀਰੇ, ਮੈਨੂੰ ਤਾਂ ਮਿਸਤਰੀ ਕੰਮ ਪੁੱਛ ਲੈਂਦੇ ਕਈ ਵਾਰੀ। ਸਾਨੂੰ ਉਹਨੇ ਕਹਿਣਾ ਸੀਗਾ ਜੀ। ਆਵਾਜ਼ ਆਉਂਦੀ ਹੈ ਹੁਣ, ਇਹ ਨਾ ਹੋਵੇ ਗੱਡੀ ਭੱਜਣ ਲੱਗ ਪਈ, ਧੂਆ ਛੱਡ ਗਈ, ਇਹ ਨਾ ਹੋਵੇ ਤੁਸੀਂ ਇਹਨੂੰ ਪੱਬਾਂ ਭਾਰ ਕਰ ਦਿਓ, ਦੰਦਾ ਟੱਪ ਗਈ। ਵਾਲਾਂ ਦਾ ਕੰਮ ਤਾਂ ਚਲੋ ਹੁੰਦਾ ਹੀ ਹੈ, ਚਲੋ ਉਹ ਤੁਹਾਡੀ ਇੱਛਾ ਜਿਵੇਂ ਮਰਜ਼ੀ ਕਰਾ ਲਓ, ਠੀਕ ਹੈ ਜੀ। ਮਾੜੀ ਰੇਸ ਦਿਓ ਅੱਗੇ, ਖੜੀ ਗੱਡੀ ਧੂਆ ਮਾਰ ਮਾਰਦੀ ਸੀ ਜੀ। ਧੂਆ ਮਾਰਦੀ ਵੀਰੇ? ਨਹੀਂ ਨਹੀਂ, ਫਰਕ ਆ ਪੂਰਾ ਜਿਵੇਂ ਸੈੱਟ ਆ ਜੀ। ਆਪਾਂ ਤਾਂ ਵੀਰੇ ਥਾਲੀ 'ਚ ਪਰੋਸ ਕੇ ਕੰਮ ਦੇ ਦਈਦਾ ਗਾਹਕ। ਸੋ ਦੋਸਤੋ, ਆਪਾਂ ਰਿਜ਼ਲਟ ਦੇਤਾ, ਇਹ ਸਮਝਾਉਣ ਦਾ ਵਿਸ਼ਾ ਕੌੜੇ ਸ਼ਬਦ ਨਹੀਂ ਹੈਗੇ, ਹਕੀਕਤ ਗੱਲ ਬਿਆਨ ਕਰੀਦੀ ਹੈ। ਪੰਜਾਬੀ ਸ਼ਬਦ ਥੋੜ੍ਹੇ ਜਿਹੇ ਪਿਆਰ ਵਾਲੇ ਵਾਲੇ ਹੈ, ਅਤੇ ਜਿਹਨੂੰ ਪਿਆਰ ਦਿਖਾਈਦਾ ਉਹਦੇ ਨਾਲ ਹਮਦਰਦੀ ਵੀ ਅਸੀਂ ਦਿਲੋਂ ਕਰਦੇ ਹਾਂ ਵੀ ਉਹ ਗੱਲ ਨੂੰ ਸਮਝ ਆਵੇ। ਸੋ ਜਦੋਂ ਤੁਸੀਂ ਕੰਮ ਕਰਾਉਣਾ ਹੋਵੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ, ਜਿਹੜਾ ਮਕੈਨਿਕ ਕੰਮ ਪ੍ਰੋਪਰ ਜਾਣਦਾ ਉਹਦੇ ਕੋਲ ਜਾਓ, ਮੈਂ ਆਪਣੇ ਕੋਲ ਨਹੀਂ ਬੁਲਾਉਂਦਾ। ਇਸ ਗੱਡੀ ਦੇ ਵਿੱਚ ਇਸ਼ੂ ਹੈ ਜਿਹੜਾ ਉਹ ਲਾਸਟ 'ਤੇ ਮੈਂ ਤੁਹਾਨੂੰ ਦੱਸਣ ਲੱਗਾ ਵੀ ਇਹਦੇ ਇੰਜੈਕਟਰਾਂ ਦੀਆਂ ਵਾਸ਼ਲਾਂ ਕਈ ਵਾਰੀ ਪਤਾ ਹੀ ਨਹੀਂ ਉਹ ਬੰਦੇ ਨੂੰ ਹੁੰਦੀਆਂ, ਉਹ ਵਿੱਚੋਂ ਕੱਢਦਾ ਹੀ ਨਹੀਂ ਅਤੇ ਡਬਲ ਡਬਲ ਕਿਸੇ ਇੰਜੈਕਟਰ 'ਚ ਹੋ ਗਈਆਂ ਅਤੇ ਉਦੋਂ ਪ੍ਰੋਪਰ ਫੁਹਾਰਾ ਨਹੀਂ ਪੈਂਦਾ ਅਤੇ ਗੱਡੀ ਮਿਸਿੰਗ ਅਤੇ ਧੂਆ ਮਾਰਦੀ ਸੀ। ਸੋ ਬਾਈ ਹੁਣੇ ਹੈਪੀ ਹੈ, ਧੰਨਵਾਦ ਵੀਰਾਂ ਦਾ। ਪੈਸਾ ਤਾਂ ਕੋਈ ਲਾਉਣਾ ਨਹੀਂ ਚਾਹੁੰਦਾ, ਤੁਸੀਂ ਵੀ ਨਹੀਂ ਲਾਉਣਾ ਚਾਹੁੰਦੇ ਸੀ ਅੱਜ? ਹਾਂ ਯਾਰ, ਨਾ ਪਹਿਲਾਂ ਵੇਖਣਾ ਪੈਂਦਾ ਜੀ, ਨੇੜੇ ਜਾ ਕੇ ਦਿਲ ਡਰ ਕਿਸ ਗੱਲ ਦਾ ਸੀ ਸਰਦਾਰਾ ਤੈਨੂੰ? ਸਾਰਾ ਕੁਛ ਇੱਥੇ ਕਰਾਉਣਾ ਅਸੀਂ ਤੈਨੂੰ ਭੇਜਿਆ।